ਗਰੀਬ ਲੋਕਾਂ ਨੂੰ ਲਾਲਚ ਦੇ ਕੇ ਜਾਂ ਮਤਲਬ ਹੋਰ ਕਿਸੇ ਕਾਰਨਾਂ ਕਰਕੇ ਉਹਨਾਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਸੀ, ਉਹ ਬਹੁਤ ਸਾਰੇ ਕੱਲ੍ਹ ਵਾਪਸ ਆ ਗਏ ਨੇ। ਜਿਉਂ ਜਿਉਂ ਲੋਕਾਂ ਨੂੰ ਸੋਝੀ ਪੈਂਦੀ ਹੈ ਕਿ ਜਿਹੜੇ ਕ੍ਰਿਸਚਨ ਨੇ ਇਹ ਪਾਦਰੀ ਜਿਹੜੇ ਨੇ ਇਹ ਧੋਖਾ ਕਰਦੇ ਨੇ, ਫਰੇਬ ਕਰਦੇ ਨੇ, ਮਾਨਸਿਕ ਸ਼ੋਸ਼ਣ ਕਰਦੇ ਨੇ, ਜਿਉਂ ਜਿਉਂ ਲੋਕਾਂ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਅਤੇ ਲੋਕ ਆਪਣੇ ਧਰਮ ਵਿੱਚ ਵਾਪਸ ਆ ਰਹੇ ਨੇ। ਵੈਸੇ ਵੀ ਮੈਂ ਸਮਝਦਾ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਮਨੋਰਟੀ ਕਮਿਸ਼ਨ ਦੇ ਚੇਅਰਮੈਨ ਜਿਹੜੇ ਨੇ ਲਾਲਪੁਰਾ ਸਾਹਿਬ, ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਸਾਈਅਤ ਦਾ ਡੈਲੀਗੇਸ਼ਨ ਸੀ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀ। ਸਾਹਮਣੋ ਸਾਹਮਣੇ ਸਾਡਾ ਡਾਇਲੋਗ ਹੋਇਆ, ਅਸੀਂ ਉਹਨਾਂ 'ਤੇ ਇਤਰਾਜ਼ ਪ੍ਰਗਟ ਕੀਤਾ ਸੀ ਕਿ ਤੁਸੀਂ ਲਾਲਚ ਦੇ ਕੇ ਧਰਮ ਨਹੀਂ ਪਰਿਵਰਤਨ ਕਰਾ ਸਕਦੇ, ਇਹ ਤਰੀਕਾ ਬਿਲਕੁਲ ਗਲਤ ਹੈ, ਤੁਸੀਂ ਆਪਣੇ ਧਰਮ ਦੀਆਂ ਨੈਤਿਕ ਕਦਰਾਂ ਕੀਮਤਾਂ ਲੋਕਾਂ ਨੂੰ ਸਮਝਾਓ, ਜੇ ਲੋਕ ਤੁਹਾਡੇ ਧਰਮ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਵਾਨ ਕਰਕੇ ਧਰਮ 'ਚ ਪਰਿਵਰਤਨ ਧਰਮ ਪਰਿਵਰਤਨ ਕਰਦੇ ਨੇ ਫਿਰ ਗੱਲ ਵੱਖਰੀ ਹੈ। ਧਰਮ ਮਨੁੱਖ ਦਾ ਨਿੱਜੀ ਮਤਲਬ ਮਾਮਲਾ ਹੈ, ਲੇਕਿਨ ਲੋਕਾਂ ਨੂੰ ਸਿਰਫ ਇਹ ਲਾਲਚ ਦੇਣਾ ਕਿ ਤੁਹਾਡੇ ਬੱਚਿਆਂ ਦੀ ਅਸੀਂ ਫੀਸਾਂ ਭਰਾਂਗੇ, ਤੁਹਾਡੇ ਬੱਚਿਆਂ ਨੂੰ ਅਸੀਂ ਵਿਦੇਸ਼ ਭੇਜ ਦਾਂਗੇ, ਤੁਹਾਡੇ ਪਰਿਵਾਰ ਲਈ ਅਸੀਂ ਮਕਾਨ ਬਣਾ ਕੇ ਦੇ ਦਾਂਗੇ, ਤੁਹਾਨੂੰ ਕੱਪੜੇ ਦੇਵਾਂਗੇ, ਇਸ ਕਿਸਮ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਣਾ ਬਿਲਕੁਲ ਗਲਤ ਹੈ, ਇਹ ਗੈਰ ਕਾਨੂੰਨੀ ਹੈ, ਸਰਕਾਰ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ। ਉਦੋਂ ਈਸਾਈਅਤ ਦੇ ਡੈਲੀਗੇਸ਼ਨ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਪੰਜਾਬ ਵਿੱਚ ਸਾਡੇ ਵੱਲੋਂ ਇਸ ਕਿਸਮ ਦਾ ਕੋਈ ਯਤਨ ਨਹੀਂ ਹੋ ਰਿਹਾ, ਸਾਨੂੰ ਨਹੀਂ ਪਤਾ ਕਿ ਕਿਹੜੀਆਂ ਏਜੰਸੀਆਂ ਕਿਹੜੇ ਲੋਕ ਨੇ ਜਿਹੜੇ ਪੰਜਾਬ ਵਿੱਚ ਇਸ ਕਿਸਮ ਦਾ ਯਤਨ ਜਿਨ੍ਹਾਂ ਨੇ ਕੀਤਾ ਹੋਇਆ। ਅਤੇ ਮੈਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੱਲ੍ਹ ਦਾ ਸ਼੍ਰੋਮਣੀ ਕਮੇਟੀ ਦਾ ਇੱਕ ਇਜਲਾਸ ਹੈ, ਉਸ ਇਜਲਾਸ ਦੇ ਵਿੱਚ ਵੀ ਮੈਂ ਇਹ ਰੱਖਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਟੀਮ ਗਠਨ ਕਰੇ ਜਿਹੜੀ ਇਸ ਗੱਲ ਦੀ ਪੜਤਾਲ ਕਰੇ ਕਿ ਇਹ ਲੋਕ ਕੌਣ ਨੇ, ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਇਹਦੇ ਪਿੱਛੇ ਕੰਮ ਕਰਦੀਆਂ ਨੇ। ਕਿਉਂਕਿ ਜਦੋਂ ਕ੍ਰਿਸਚਨ ਪਾਦਰੀ ਇਸ ਗੱਲ ਦਾ ਵਿਰੋਧ ਕਰਦੇ ਨੇ, ਇਹਨੂੰ ਡਿਨਾਈ ਕਰਦੇ ਨੇ ਵੀ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ, ਤਾਂ ਫਿਰ ਕੌਣ ਲੋਕ ਨੇ ਜਿਹੜੇ ਇਸ ਤਰ੍ਹਾਂ ਧਰਮ ਪਰਿਵਰਤਨ ਕਰਦੇ ਨੇ। ਇਹ ਪੰਜਾਬ ਜਿਹੜਾ ਸਰਹੱਦੀ ਸੂਬਾ ਹੈ, ਇਹਨੂੰ ਡਿਸਟਰਬ ਕਰਨ ਲਈ ਬਹੁਤ ਸਾਰੀਆਂ ਤਾਕਤਾਂ ਕੰਮ ਕਰ ਰਹੀਆਂ ਨੇ। ਸਰਕਾਰ ਦੀ ਡਿਊਟੀ ਬਣਦੀ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਾ ਹੋਵੇ, ਪੰਜਾਬ ਦਾ ਭਾਈਚਾਰਾ ਨਾ ਟੁੱਟੇ। ਹੁਣ ਕੱਲ੍ਹ ਪਰਸੋਂ ਨਿਹੰਗ ਸਿੰਘਾਂ ਦਾ ਅਤੇ ਕ੍ਰਿਸਚਨਾਂ ਦਾ ਟਕਰਾਅ ਪੈਦਾ ਹੋਇਆ, ਇਹ ਟਕਰਾਅ ਵੱਧਦੇ ਵੱਧਦੇ ਕਿਤੇ ਬਹੁਤ ਖਤਰਨਾਕ ਰੂਪ ਵੀ ਧਾਰਨ ਕਰ ਜਾਂਦੇ ਨੇ। ਜਿਵੇਂ ਪਿਛਲੇ ਸਮੇਂ 'ਚ ਨਿਰੰਕਾਰੀ ਮਤਲਬ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਉਹਨਾਂ ਨੇ ਇੱਕ ਅਵਤਾਰ ਬਾਣੀ ਲਿਖੀ, ਬੜਾ ਕੁਝ ਉਹਨਾਂ ਨੇ ਕੀਤਾ। ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨੇ, ਦਮਦਮੀ ਟਕਸਾਲ ਨੇ, ਅਖੰਡ ਕੀਰਤਨੀ ਜਥੇ ਨੇ ਲਿਖ ਕੇ ਦਿੱਤਾ, ਚਿੱਠੀਆਂ ਪਾਈਆਂ, ਬਿਆਨ ਦਿੱਤੇ, ਸਰਕਾਰ ਨੇ ਨੋਟਿਸ ਨਾ ਲਿਆ, ਨਤੀਜਾ ਕੀ ਨਿਕਲਿਆ, 78 ਦਾ ਸਾਕਾ ਵਾਪਰਿਆ। ਉਸ ਤੋਂ ਬਾਅਦ ਇੱਕ ਲੰਮਾ ਦੌਰ ਪੰਜਾਬ ਦੀ ਧਰਤੀ 'ਤੇ ਖੂਨ ਦੀਆਂ ਨਦੀਆਂ ਵਹੀਆਂ, ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਦਿੱਲੀ ਕਤਲਿਆਂ ਹੋਇਆ, ਬਹੁਤ ਕੁਝ ਬਰਬਾਦ ਹੋਇਆ। ਇਸ ਕਰਕੇ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ, ਪੰਜਾਬ ਸਰਕਾਰ ਨੂੰ ਵੀ, ਸੈਂਟਰ ਗੌਰਮੈਂਟ ਨੂੰ ਵੀ, ਕਿ ਜਿਹੜੇ ਲੋਕ ਇਸ ਤਰ੍ਹਾਂ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਣ ਦਾ ਯਤਨ ਕਰ ਰਹੇ ਨੇ, ਉਹ ਕੌਣ ਲੋਕ ਨੇ, ਇਹਦੀ ਪੜਤਾਲ ਹੋਣੀ ਚਾਹੀਦੀ ਹੈ ਅਤੇ ਇਹਨਾਂ 'ਤੇ ਰੋਕ ਲਾਉਣੀ ਚਾਹੀਦੀ।